ਫੋਰਐਵਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਆਪਣੇ ਤਰਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਊੜਾ ਆੜਾ 1 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਊੜਾ ਆੜਾ 2 ਬੱਚਿਆਂ ਦੀ ਕਹਾਣੀ ਹੈ ਜਿਹੜੇ ਆਪਸ 'ਚ ਲੜਦੇ ਸੀ, ਅਤੇ ਮਾਂ ਪਿਓ ਦੀ ਵੀ ਕਹਾਣੀ ਹੈ ਜੋ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕਿੰਨੀ ਮਿਹਨਤ ਕਰਦੇ ਨੇ, ਉਹਨਾਂ ਲਈ ਕਿੰਨੀ ਹੌਸਲਾ ਕਰਕੇ ਆਪਣੇ ਔਕਾਤ ਤੋਂ ਵੱਧ ਜਾ ਕੇ ਉਹਨਾਂ ਲਈ ਫੀਸਾਂ ਭਰਦੇ ਨੇ ਅਤੇ ਉਹਨਾਂ ਨੂੰ ਚੰਗੇ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ। ਅਤੇ ਜਿਹੜੇ 2 ਬੱਚਿਆਂ ਨੇ ਫਿਲਮ ਦੇ ਵਿੱਚ ਸ਼ੈਤਾਨੀਆਂ ਕੀਤੀਆਂ, ਉਹਨਾਂ ਨੂੰ ਮੈਂ ਅੱਜ ਬੁਲਾ ਲਿਆ। ਮੇਰੇ ਕੋਲ ਸਮੀਪ ਅਤੇ ਅੰਸ਼। ਮੈਨੂੰ ਪਤਾ ਲੱਗਿਆ ਕਿ ਇਹ ਬੱਚੇ ਬੜੇ ਸਿਆਣੇ ਨੇ, ਅਤੇ ਪਰ ਨਹੀਂ ਨਹੀਂ ਇਹ ਸਿਆਣੇ ਨੇ ਪਰ ਬੱਚਿਆਂ ਵਾਲੇ ਸਿਆਣੇ ਨੇ। ਅਤੇ ਐਕਟਿੰਗ ਦੇ ਵਿੱਚ ਇਹਨਾਂ ਨੇ ਕਾਫੀ ਕਮਾਲ ਕੀਤਾ ਫਿਲਮ ਊੜਾ ਆੜਾ ਦੇ ਵਿੱਚ। ਅੰਸ਼, ਤੁਹਾਡੀ ਪਹਿਲੀ 1 ਲੀਡ ਫਿਲਮ ਹੈ ਊੜਾ ਆੜਾ, ਹੈ ਨਾ, ਕਾਫੀ ਕੁਛ ਸਿੱਖਣਾ ਵੀ ਪਿਆ ਹੋਊਗਾ ਤੁਹਾਨੂੰ। ਅਤੇ ਊੜਾ ਆੜਾ ਪਹਿਲਾਂ ਆਉਂਦਾ ਸੀ ਕਿ ਨਹੀਂ? ਆਉਂਦਾ ਸੀਗਾ। ਅਤੇ ਸਕੂਲ 'ਚ ਪੜ੍ਹਾਉਂਦੇ ਸੀ? ਹਾਂਜੀ। ਅਤੇ ਜਿਹੜੇ ਸਕੂਲ ਦੀ ਗੱਲ ਫਿਲਮ 'ਚ ਕੀਤੀ ਉਹ ਸਕੂਲ ਵੇਖਿਆ ਕਦੀ? ਹਾਂਜੀ। ਅਤੇ ਕਿਵੇਂ ਦਾ ਮਾਹੌਲ ਹੁੰਦਾ, ਮਤਲਬ ਕਿ ਤੁਹਾਡੇ ਸਕੂਲ 'ਚ ਵੀ ਫਾਈਨ ਲੱਗਦਾ 500 ਰੁਪਈਆ ਜਦੋਂ ਪੰਜਾਬੀ ਬੋਲਦੇ ਆ? ਨਹੀਂ, ਸਾਡੇ ਤਾਂ ਉੱਥੇ ਪੜ੍ਹਾਉਂਦੇ ਆ, ਲੋਕਲੀ ਬਸ ਪੜ੍ਹਾਉਂਦੇ ਰਹਿੰਦੇ ਉੱਥੇ। ਊੜਾ ਊੜਾ ਆੜਾ ਪੰਜਾਬੀ ਦਾ ਸਭ ਕੁਛ ਪੜ੍ਹਾਉਂਦੇ ਉੱਥੇ, ਬਸ ਪੰਜਾਬੀ ਦੇ ਪੀਰੀਅਡ 'ਚ ਊੜਾ ਬੋਲਣੀ, ਨਹੀਂ ਤਾਂ 500 ਰੁਪਏ ਫਾਈਨ। ਫਿਰ ਇਹ ਫਾਈਨ ਵਾਲੀ ਗੱਲ ਜ਼ਰੂਰ ਹੈਗੀ ਹੈ। ਅਤੇ ਸਮੀਪ, ਤੁਸੀਂ ਕਿੰਨੀ ਕੁ ਪੰਜਾਬੀ ਬੋਲਦੇ ਹੋ? ਮੈਂ ਵੈਸੇ ਪੂਰੀ ਪੰਜਾਬੀ ਬੋਲਦਾ, ਮਤਲਬ ਸਕੂਲ 'ਚ ਵੀ ਕਾਫੀ ਅੱਛਾ, ਮਤਲਬ 20-20 ਸੈਕਟਰ ਸਾਡਾ GMSS ਅਤੇ ਮਤਲਬ ਕਾਫੀ ਅੱਛਾ। ਅਤੇ ਪੰਜਾਬੀ ਦਾ ਮਤਲਬ ਸਾਡੇ ਕੋਈ ਫਾਈਨ ਵੀ ਨਹੀਂ ਹੈ, ਜਦ ਮਰਜ਼ੀ ਪੰਜਾਬੀ, ਮਤਲਬ ਮੈਮ ਵੀ ਕਹਿੰਦੇ ਕਿ ਪੰਜਾਬੀ ਬੋਲਣੀ ਚਾਹੀਦੀ ਹੈ, ਸਾਡੇ ਬਰਾੜ ਮੈਮ ਹੈ ਉਹ ਵੀ ਕਹਿੰਦੇ ਕਿ ਮਤਲਬ ਸਾਡੇ ਪੰਜਾਬੀ ਦੇ ਟੀਚਰ ਕਾਫੀ ਅੱਛੇ ਹੈ। ਅਤੇ ਮੈਂ ਮਤਲਬ ਉਹਨਾਂ ਨੇ ਮੈਨੂੰ ਕਾਫੀ ਅੱਗੇ ਕੀਤਾ ਕਿ ਹਰ ਬੋਲੀ ਸਿੱਖੋ, ਸਿੱਖੀ ਵੀ ਚਾਹੀਦੀ ਪਰ ਹਰ ਕੱਚੀ ਦੇਖ ਕੇ ਪੱਕੀ ਨਹੀਂ ਚਾਹੀਦੀ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਹੁਣ ਅੰਸ਼, ਤੁਹਾਡੀ ਫਿਲਮ ਦੇ ਵਿੱਚ ਤੁਸੀਂ ਤਰਸੇਮ ਭਾਜੀ ਨਾਲ ਕੰਮ ਕੀਤਾ, ਨੀਰੂ ਮੈਮ ਨਾਲ ਕੰਮ ਕੀਤਾ, ਅਤੇ ਕਿੱਦਾਂ ਕੋਆਪਰੇਟਿਵ ਸੀਗੇ ਉਹ, ਅਤੇ ਕਿੰਨਾ ਕੁ ਮਜ਼ਾ ਆਇਆ ਉਹਨਾਂ ਨਾਲ ਕੰਮ ਕਰਕੇ? ਬਹੁਤ ਮਜ਼ਾ ਆਇਆ ਕੰਮ ਕਰਕੇ, ਉਹ ਬਹੁਤ ਹੀ ਜ਼ਿਆਦਾ ਕੋਆਪਰੇਟਿਵ ਸੀਗੇ, ਅਤੇ ਮੈਂ ਬਹੁਤ ਖੁਸ਼ ਨਸੀਬ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਅਤੇ ਮੈਂ ਉਹਨਾਂ ਨਾਲ ਇੱਕ ਵਾਰੀ ਹੋਰ ਕੰਮ ਕਰਨਾ ਚਾਹਾਂਗਾ, ਦੁਬਾਰਾ ਤੋਂ ਦੁਬਾਰਾ ਕਰਨਾ ਚਾਹਾਂਗਾ। ਮੈਨੂੰ ਰੂਪਾਲੀ ਜੀ ਨੇ ਗੱਲ ਦੱਸਿਆ ਕਿ ਜਿੰਨੀ ਤੁਹਾਡੀ ਐਕਸਾਈਟਮੈਂਟ ਸੀ ਨਾ, ਉਹਨੂੰ ਵੇਖ ਕੇ ਕਹਿਣ ਲੱਗੇ ਸੀ ਕਿ ਇਸ ਫਿਲਮ ਦਾ ਦੂਜਾ ਪਾਰਟ ਬਣਾ ਲਓ। ਹਾਂ, ਬਣਾਉਣਾ ਚਾਹੀਦਾ ਜ਼ਰੂਰ, ਮਜ਼ਾ ਇੰਨਾ ਕੀਤਾ ਸੀ ਅਸੀਂ ਦੋਵਾਂ ਨੇ। ਅਤੇ ਤੁਹਾਨੂੰ ਫਿਲਮ ਦੇ ਵਿੱਚ ਲੜਾਇਆ ਗਿਆ ਨਾ, ਤੁਸੀਂ ਆਪੋਜ਼ਿਟ ਪਾਰਟੀ ਤੋਂ? ਜੀ ਹਾਂਜੀ। ਕਿੰਨਾ ਕੁ ਲੜੇ ਹੋ? ਮਤਲਬ ਕਾਫੀ ਸਕੂਲ 'ਚ ਵੀ ਲੜਾਈ ਦੀ। ਕਿੰਨੇ ਕਿੰਨੇ ਕੁੱਟਿਆ, ਇਹਨੇ ਕੁੱਟਿਆ ਜਾਂ ਤੂੰ ਕੁੱਟਿਆ? ਵੈਸੇ ਤਾਂ ਦੋਵਾਂ ਨੇ। ਅਤੇ ਅੱਛਾ ਸਮੀਪ, ਇਸ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਹੈ ਉਹ ਇੱਕ ਸਰਕਾਰੀ ਸਕੂਲ ਦੇ ਬੱਚੇ ਦਾ, ਅਤੇ ਉਹ ਸਰਕਾਰੀ ਸਕੂਲ ਦਾ ਬੱਚਾ ਕਿੱਦਾਂ ਦਾ, ਸ਼ੈਤਾਨ ਹੈ ਜਾਂ ਇਹਦੇ ਕਰਕੇ ਸ਼ਰਾਰਤਾਂ ਕਰਦਾ ਜੋ ਇਹ ਤੰਗ ਕਰਦਾ? ਨਹੀਂ, ਵੈਸੇ ਸ਼ੈਤਾਨ ਦਿਖਾਇਆ ਗਿਆ ਇਸ ਪਿਕਚਰ 'ਚ ਮੈਨੂੰ, ਅਤੇ ਮੈਂ ਘੁੱਗੀ ਪਾਤ ਦਾ ਪੋਤਾ ਬਣਿਆ, ਅਤੇ ਮੈਨੂੰ ਵੀ ਮਤਲਬ ਪ੍ਰਾਊਡ ਹੈ ਕਿ ਮੈਂ ਘੁੱਗੀ ਪਾਤ ਦਾ ਪੋਤਾ ਬਣਿਆ। ਮੈਨੂੰ ਬਹੁਤ ਖੁਸ਼ੀ ਹੈ ਕਿ ਘੁੱਗੀ ਪਾਤ ਨਾਲ ਮੇਰਾ ਪਹਿਲਾ ਸ਼ਡਿਊਲ ਸੀਗਾ, ਇਹ ਕੰਮ ਕਰਕੇ ਬਹੁਤ ਮਜ਼ਾ ਆਇਆ ਮੈਨੂੰ, ਅਤੇ ਅੰਸ਼ ਬਾਈ ਨਾਲ ਕੰਮ ਕਰਕੇ ਮਜ਼ਾ ਆਇਆ, ਤਰਸੇਮ ਮੈਮ ਤਰਸੇਮ ਸਰ ਅਤੇ ਨੀਰੂ ਮੈਮ ਨਾਲ ਕੰਮ ਕਰਕੇ ਮਜ਼ਾ ਆਇਆ। ਅਤੇ ਅੰਸ਼, ਤੁਹਾਡੀਆਂ ਅੱਗੇ ਵੀ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ, ਹੈ ਨਾ, ਜਿਵੇਂ ਮੈਂ ਗੱਲ ਕਰਾਂ ਨਿੱਕਾ ਜੈਲਦਾਰ ਦੀ ਗੱਲ ਕਰਾਂ, ਜਿਹੜਾ ਤੁਹਾਡਾ ਡਾਇਲੋਗ ਬੜਾ ਫੇਮਸ ਹੋਇਆ ਸੀ, ਹੈ ਨਾ, ਅਤੇ ਇੱਕ ਹੁਣ ਤੁਹਾਡੀ ਇੱਕ ਹੋਰ ਫਿਲਮ ਆ ਰਹੀ ਹੈ ਦਾਸਤਾਨ ਏ ਸਰਹੰਦ, ਜਿਹਦੇ ਵਿੱਚ ਤੁਸੀਂ ਘੁੱਗੀ ਭਾਅ ਜੀ ਨਾਲ ਵੀ ਕੰਮ ਕਰ ਰਹੇ ਹੋ, ਹੈ ਨਾ, ਅਤੇ ਉਸ ਫਿਲਮ ਦੇ ਇਸ ਫਿਲਮ ਦੇ ਵਿੱਚ ਵੀ ਘੁੱਗੀ ਭਾਅ ਜੀ ਨੇ, ਅਤੇ ਇਸ ਫਿਲਮ ਦੇ ਵਿੱਚ ਅਤੇ ਉਸ ਫਿਲਮ ਦੇ ਵਿੱਚ ਘੁੱਗੀ ਭਾਅ ਜੀ ਨਾਲ ਕੰਮ ਕਰਨਾ ਕਿੱਦਾਂ ਦਾ? ਉਹ ਮੌਕੇ 'ਤੇ ਹਸਾਉਂਦੇ ਬੜਾ ਨੇ, ਹੈ ਨਾ, ਬਹੁਤ ਜ਼ਿਆਦਾ ਹਸਾਉਂਦੇ ਨੇ ਜਦੋਂ ਕਿਤੇ ਵੀ ਸ਼ੂਟ ਚੱਲਦਾ ਨਾ, ਵਿੱਚ ਵਿੱਚ ਇੱਕ ਪੰਚ ਮਾਰ ਦਿੰਦੇ, ਪਤਾ ਹੀ ਨਹੀਂ ਲੱਗਦਾ ਕਿ ਹੁਣ ਅਸੀਂ ਇਹ ਕੀ ਕਰੀਏ। ਬਹੁਤ ਮਜ਼ਾ ਆਉਂਦਾ ਉਹਨਾਂ ਨੇ ਕੰਮ ਕਰਕੇ। ਅਸੀਂ ਹੁਣ ਦਾਸਤਾਨ ਸਰਹੰਦ ਵੀ ਕੀਤੀ ਸੀ, ਜਿੱਦਾਂ ਤੁਹਾਨੂੰ ਪਤਾ ਹੀ, ਤੁਸੀਂ ਉੱਥੇ ਇੰਟਰਵਿਊ ਲਿੱਤੀ ਸੀਗੀ, ਉੱਥੇ ਵੀ ਬਹੁਤ ਮਜ਼ੇ ਕੀਤੇ ਅਸੀਂ ਜਦੋਂ ਤੁਸੀਂ ਆਏ ਸੀ, ਉੱਥੇ ਢਾਬੇ ਦਾ ਸ਼ੂਟ ਚੱਲਦਾ ਸੀਗਾ ਨਾ। ਹਾਂਜੀ। ਅਤੇ ਜਿਹੜੀ ਇਸ ਫਿਲਮ ਦੇ ਵਿੱਚ ਤੁਹਾਡਾ ਕੋਈ ਫੇਵਰੇਟ ਸੀਨ ਹੋਵੇ, ਜਿਹੜਾ ਤੁਹਾਨੂੰ ਲੱਗਦਾ ਯਾਰ ਮੈਨੂੰ ਇਹ ਬੜਾ ਘੈਂਟ ਲੱਗਦਾ ਕਿ ਮੈਂ ਇਹ ਸੀਨ ਵੇਖਣਾ, ਐਕਸਾਈਟਿਡ ਹਾਂ ਮੈਂ ਜਦੋਂ ਸਕਰੀਨ ਦੇ ਉੱਤੇ ਇਹ ਸੀਨ ਆਊਗਾ ਤਾਂ ਮੈਂ ਤਾੜੀਆਂ ਮਾਰੂੰਗਾ ਕਿ ਆਹ ਇਹ ਮੈਂ ਮਜ਼ੇਦਾਰ ਕੀਤਾ। ਕਿਹੜਾ ਸੀਨ ਆ ਉਹ ਫਿਲਮ ਦਾ? ਜਦੋਂ ਬੱਚਾ ਇਕੱਲਾ ਕੋਠੇ ਚੱਲ ਜਾਂਦਾ, ਮਾਂ ਪਿਓ ਨੂੰ ਥੱਲੇ ਲੱਭਦੇ ਰਹਿੰਦੇ ਆ, ਮੰਜੇ 'ਤੇ ਬਹਿੰਦਾ, ਜਦੋਂ ਬੱਚਾ ਕਹਿੰਦਾ ਨਾ ਵਿੱਚ ਕਿ ਤੁਸੀਂ ਕੁਝ ਸੋਚਿਆ ਮੇਰੇ ਬਾਰੇ, ਸਾਡੇ ਸਕੂਲ 'ਚ ਤਾਂ ਉਹਨਾਂ ਦੇ ਮੰਮੀ ਡੈਡੀ ਦੱਸਦੇ ਨੇ ਕਿ ਬੱਚੇ ਨੇ ਕੀ ਬਣਨਾ। ਉਹ ਇਮੋਸ਼ਨਲ ਡਾਇਲੋਗ ਨਾ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ, ਅਤੇ ਦਰਸ਼ਕਾਂ ਨੂੰ ਵੀ ਚੰਗਾ ਲੱਗੇਗਾ ਜਦੋਂ ਫਿਲਮ ਵੇਖਣ ਜਾਏਂਗੇ। ਅਤੇ ਬਿਲਕੁਲ ਇੱਕ ਊੜਾ ਆੜਾ ਪੰਜਾਬੀ ਮਾਂ ਬੋਲੀ ਦੇ ਉੱਤੇ, ਹੈ ਨਾ, ਅਤੇ ਤੁਸੀਂ ਆਪਣੀ ਮਾਂ ਬੋਲੀ ਨੂੰ ਕਿੰਨਾ ਕੁ ਪਿਆਰ ਕਰਦੇ ਹੋ? ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਜੀ। ਮੈਂ ਤਾਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਦਰਸ਼ਕ ਫੋਰਐਵਰ ਮੀਡੀਆ ਦੇਖ ਰਹੇ ਨੇ, ਉਹਨਾਂ ਨੂੰ ਇੱਕੋ ਸੰਦੇਸ਼ ਹੈ ਕਿ ਮੇਰਾ 1 ਫਰਵਰੀ ਨੂੰ ਊੜਾ ਆੜਾ ਦੇਖਣ ਜਾਇਓ, ਜ਼ਰੂਰ ਦੇਖਣ ਜਾਇਓ ਗਵਾਂਢੀਆਂ ਦੇ ਨਾਲ ਅਤੇ ਰਿਸ਼ਤੇਦਾਰਾਂ ਦੇ ਨਾਲ, ਪਰ ਆਪਾਂ ਸਿਨੇਮਾਘਰ ਖਾਲੀ ਨਹੀਂ ਕਹਾਉਂਦੇ ਨੇ। ਅਤੇ ਊੜਾ ਆੜਾ ਜੀ
ਬਹੁਤ ਹੀ ਅੱਛੀ ਮੂਵੀ ਹੈ, ਕਮੇਡੀ ਇਮੋਸ਼ਨਲ ਅਤੇ ਬਹੁਤ ਜ਼ਿਆਦਾ ਹੀ ਹਾਸੇਦਾਰ ਵੀ ਹੈ। ਹਾਂਜੀ ਬਿਲਕੁਲ। ਅਤੇ ਸਮੀਪ, ਤੁਸੀਂ ਆਪਣੀ ਮਾਂ ਬੋਲੀ ਨੂੰ ਕਿੰਨਾ ਕੁ ਪਿਆਰ ਕਰਦੇ ਅਤੇ ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ? ਅਤੇ ਮੈਂ ਵੀ ਮਾਂ ਬੋਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਆਡੀਅੰਸ ਨੂੰ ਵੀ ਮੈਂ ਇਹ ਕਹਿਣਾ ਚਾਹੂੰਗਾ ਕਿ ਜਿੱਦਾਂ ਕਿ ਬਾਹਰਲੇ ਐਨ ਆਈ ਰਾਏ ਹੁੰਦੇ ਆ, ਮਤਲਬ ਕੈਨੇਡਾ 'ਚ, ਮਤਲਬ ਕਹਿੰਦੇ ਕਿ ਇੱਦਾਂ ਪੰਜਾਬ ਉੱਥੇ ਆ ਸਾਡਾ ਬਣਿਆ ਵਾ, ਤਾਂ ਮਤਲਬ ਹੋਣਾ ਚਾਹੀਦਾ ਕਿ ਉੱਥੇ ਵੀ ਕੋਈ ਟੀਚਰ ਸਿਖਾਉਣ ਜਾਵੇ, ਅਤੇ ਮਤਲਬ ਕਾਫੀ ਕੁਛ ਮਤਲਬ ਬਾਹਰਲੇ ਦੇਸ਼ਾਂ ਨੂੰ ਵੀ ਕਰਨਾ ਚਾਹੀਦਾ ਕਿ ਆਪਾਂ ਵੀ ਪੰਜਾਬੀ ਸਿਖਾਈਏ, ਕਿਉਂਕਿ ਪੰਜਾਬੀ ਭਾਸ਼ਾ ਸਾਰੇ ਤੋਂ ਯੂਨੀਕ ਭਾਸ਼ਾ ਕਹੂੰਗਾ ਮੈਂ, ਕਿਉਂਕਿ ਸਭ ਤੋਂ ਵਧੀਆ ਮੈਨੂੰ ਲੱਗਦੀ ਹੈ ਪੰਜਾਬੀ ਭਾਸ਼ਾ, ਅਤੇ ਮੈਂ ਬਹੁਤ ਪਿਆਰ ਕਰਦਾ ਇਹਨੂੰ। ਬਿਲਕੁਲ। ਅਤੇ ਤੁਸੀਂ ਜਦੋਂ ਫਿਲਮ ਦੇ ਵਿੱਚ ਆਏ ਨਾ, ਉੜਾ ਆੜਾ ਇੱਕ ਕਨਸੈਪਟ ਇੱਦਾਂ ਦਾ ਸੀਗਾ ਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਹੋਣੀਆਂ ਪੰਜਾਬੀ ਭਾਸ਼ਾ ਬਾਰੇ, ਅਤੇ ਕਿਹੜੀ ਕਿਹੜੀ ਚੀਜ਼ ਜਿਹੜੀ ਨਵੀਂ ਪਤਾ ਲੱਗੀ ਕਿ ਹਾਂ ਸਾਡੀ ਮਾਂ ਬੋਲੀ ਦੇ ਵਿੱਚ ਆਹ ਵੀ ਕੁਛ ਹੈ, ਆਹ ਵੀ ਕੁਛ ਹੈ, ਕਿਹੜੀ ਚੀਜ਼ ਤੁਹਾਨੂੰ ਇਸ ਫਿਲਮ ਦੇ ਵਿੱਚ ਪਤਾ ਲੱਗੀ? ਮੈਨੂੰ ਇੰਨਾ ਪਤਾ ਲੱਗਾ ਕਿ ਕਿੱਦਾਂ ਡਿਫਰੈਂਟ ਡਿਫਰੈਂਟ ਲੈਂਗੁਏਜਿਸ ਵੀ ਬੋਲੀਆਂ ਜਾਂਦੀਆਂ ਹਨ, ਅਤੇ ਜਿੱਦਾਂ ਕਿ ਬੱਚੇ ਹੁਣ ਸਾਰੇ ਕਹਿੰਦੇ ਆ ਕਿ ਪੰਜਾਬੀ ਜਿਹੜੀ ਆ ਉਹ ਬੱਚਿਆਂ ਨੂੰ ਨਾ ਸਿਖਾਓ, ਇੰਗਲਿਸ਼ ਸਿਖਾਓ, ਫਰੈਂਚ ਸਿਖਾਓ, ਸਪੈਨਿਸ਼ ਸਿਖਾਓ। ਹੁਣ ਸਾਡੇ ਸਕੂਲ 'ਚ ਵੀ ਥੋੜ੍ਹੀ ਥੋੜ੍ਹੀ ਫਰੈਂਚ ਸਿਖਾਉਣ ਲੱਗੇ ਸੀਗੇ, ਪਰ ਹਟਾ ਦਿੱਤੇ ਬੱਚਿਆਂ ਨੇ, ਕਿਉਂਕਿ ਬੱਚੇ ਨਾ ਫਰੈਂਚ ਬੋਲਣ ਲੱਗ ਗਏ ਸੀਗੇ ਮੈਡਮ ਨੂੰ, ਅਤੇ ਮੈਡਮ ਦਾ ਨਾ ਫਰੈਂਚ ਗੱਲਾਂ ਕਰਨ ਲੱਗ ਗਏ, ਜਿਹਨਾਂ ਮੈਡਮ ਨੂੰ ਅੱਧੀਆਂ ਨੂੰ ਸਮਝ ਹੀ ਨਹੀਂ ਆਉਂਦੀ ਸੀਗੀ ਫਰੈਂਚ, ਇਸ ਕਾਰਨ ਹੁਣ ਫਰੈਂਚ ਹਟਾਤੀ ਹੈ, ਪਰ ਹੁਣ ਸਾਰੇ ਪੰਜਾਬੀ ਬੋਲਦੇ ਨੇ, ਬਾਕੀ ਬੱਚੇ ਵੀ ਪੰਜਾਬੀ ਹੈ ਜੀ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕਦੀ ਵੀ ਆਪਣੀ ਮਾਂ ਬੋਲੀ ਨਾ ਭੁੱਲੋ, ਸਾਰੀਆਂ ਲੈਂਗੁਏਜ ਸਿੱਖੋ, ਪਰ ਆਪਣੀ ਮਾਂ ਬੋਲੀ ਅਤੇ ਪੰਜਾਬੀ ਨੂੰ ਵੀ ਜ਼ਰੂਰ ਸਿੱਖੋ। ਜਿੱਦਾਂ ਕਿ ਫਿਲਮ ਦੇ ਵਿੱਚ ਕਹਿੰਦੇ ਕਿ ਪਹਿਲਾਂ ਮੈਂ ਜ਼ਰੂਰ ਸਰਕਾਰੀ ਸਕੂਲ ਵਿੱਚ ਪੜ੍ਹਦਾ, ਉਸ ਤੋਂ ਬਾਅਦ ਮੈਨੂੰ ਇੰਗਲਿਸ਼ 'ਚ ਪਾ ਦਿੰਦੇ ਆ, ਪਰ ਮੈਂ ਆਪਣੀ ਪੰਜਾਬੀ ਨਹੀਂ ਭੁੱਲਦਾ। ਐਂਡ ਵੀ ਇਹੀ ਆ, ਪੰਜਾਬੀ ਬੋਲੋ, ਪੰਜਾਬੀ ਸਿੱਖੋ, ਅਤੇ ਇੰਗਲਿਸ਼ ਵੀ ਸਿੱਖੋ, ਫਰੈਂਚ ਵੀ ਸਿੱਖੋ, ਸਭ ਕੁਝ ਸਿੱਖੋ, ਪਰ ਪੰਜਾਬੀ ਨਾ ਭੁੱਲੋ। ਬਿਲਕੁਲ। ਅਤੇ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਮੈਸੇਜ ਦੇ ਰਹੇ ਨੇ ਇਸ ਫਿਲਮ ਦਾ, ਉਹੀ ਇਸ ਦਾ ਟੱਚਿੰਗ ਪੁਆਇੰਟ ਹੋਣ ਵਾਲਾ ਹੈ, ਕਿ ਕਿਉਂਕਿ ਇੱਕ ਰਿਪੋਰਟ ਦੇ ਮੁਤਾਬਕ, ਤੁਹਾਨੂੰ ਪਤਾ ਕਿ ਇੱਕ ਰਿਪੋਰਟ ਦੇ ਮੁਤਾਬਕ ਆਉਣ ਵਾਲੇ, ਉਹਨਾਂ ਨੇ ਕਿਹਾ ਕਿ ਆਉਣ ਵਾਲੇ 50 ਸਾਲਾਂ ਦੇ ਵਿੱਚ ਪੰਜਾਬੀ ਭਾਸ਼ਾ ਖਤਮ ਹੋ ਜੂਗੀ। ਜੇ ਤੁਸੀਂ ਉਸ ਪੰਜਾਬੀ ਭਾਸ਼ਾ ਨੂੰ ਸਿੱਖੋਗੇ ਤਾਂ ਮੈਨੂੰ ਲੱਗਦਾ ਕਿ ਕਦੀ ਵੀ ਪੰਜਾਬੀ ਭਾਸ਼ਾ ਨਹੀਂ ਮਰੂਗੀ। ਬਿਲਕੁਲ। ਅਤੇ ਸਮੀਪ, ਤੁਸੀਂ ਆਪਣੇ ਨਾਲ ਦੇ ਨਾਲ ਪੰਜਾਬੀ 'ਚ ਗੱਲਬਾਤ ਕਰਦੇ ਹੋ, ਅਤੇ ਇੱਕ ਤੁਹਾਡੀ ਜਿਹੜੀ ਅਗਲੀ ਫਿਲਮ ਆ ਰਹੀ ਹੈ ਗੁੱਡੀਆਂ ਪਟੋਲੇ, ਉਹਦੇ 'ਚ ਵੀ ਤੁਸੀਂ ਲੜੇ ਹੋ, ਉਹਦਾ ਕੀ ਕਾਰਨ ਸੀਗਾ? ਸਮੀਪ ਦੱਸੇਗਾ। ਉਹਦਾ ਹੀ ਮਤਲਬ ਕਾਰਨ, ਮੇਰਾ ਬਰਥਡੇ ਹੁੰਦਾ, ਵੈਸੇ ਕਾਫੀ ਫਨੀ ਸੀ ਨਾ ਉਹ, ਮਤਲਬ ਸਾਰੇ ਸਿਨੇਮਾ ਘਰਾਂ 'ਚ ਉਹ ਵੀ ਦੇਖਣ ਜਾਇਆ। ਗੁੱਡੀਆਂ ਪਟੋਲੇ ਦਾਦੂ ਸਰ ਨੇ ਪ੍ਰੋਡਕਟ ਡਾਇਰੈਕਟ ਕੀਤੀ ਹੈ, ਅਤੇ ਮਤਲਬ ਵਿਰਾਸਤ ਪ੍ਰੋਡਕਸ਼ਨ ਕਾਫੀ ਅੱਛਾ ਹੈ। ਇਹ ਜਿਹੜੀ ਚੀਜ਼ ਹੈ ਨਾ, ਤੁਸੀਂ ਜਿਹੜਾ ਕਰ ਰਹੇ ਹੋ ਕਿ ਤੁਹਾਡੀ ਜਿਹੜੀ ਜੋੜੀ ਹੈ, ਜਿਵੇਂ ਅੱਗੇ ਬਹੁਤ ਸਾਰੀਆਂ ਜੋੜੀਆਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਅੱਗੇ ਬੁਲਾਈਆਂ ਜਾਂਦੀਆਂ ਨੇ, ਕਿ ਤੁਹਾਡੇ ਇਹਦੇ ਵਿੱਚ ਇੱਦਾਂ ਦੀ ਬੌਂਡਿੰਗ ਹੋਜੂਗੀ, ਤੁਹਾਨੂੰ ਅੱਗੇ ਵਾਲੀਆਂ ਫਿਲਮਾਂ ਦੇ ਵਿੱਚ ਕਾਫੀ ਦੋਨਾਂ ਨੂੰ, ਤੁਹਾਡੀ ਦੋਸਤੀ ਨੂੰ ਵੀ ਅੱਗੇ ਵਿਖਾਇਆ ਜਾਵੇਗਾ। ਸੋ ਇਸ ਤਰ੍ਹਾਂ ਹੀ ਤੁਸੀਂ ਆਪਣੇ ਇਸ ਕੰਮ ਨੂੰ ਜਾਰੀ ਰੱਖਿਓ, ਅਤੇ ਮੇਰੀ ਬੈਸਟ ਵਿਸ਼ਿਜ਼ ਆ ਤੁਹਾਡੀ ਫਿਲਮ, ਤੁਹਾਡੀ ਫਿਲਮ ਉੜਾੜ ਨੂੰ, ਅਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀ ਹੈ ਜੀ 1 ਫਰਵਰੀ ਨੂੰ ਉੜਾੜਾ।